ਅੱਧੀ ਰਾਤ ਨੂੰ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਕਿਹਾ ਜਾ ਰਿਹਾ ਕਿ 18 ਦੇ ਕਰੀਬ ਰਾਊਂਡ ਇਸ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤੇ ਜੋ ਘਰ ਦਾ ਗੇਟ ਸੀ ਉਸ ਨੂੰ ਛਾਨਣੀ ਬਣਾ ਦਿੱਤਾ ਹੈ। ਤਾਂ 4 ਅਣਪਛਾਤੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਤੇ ਆਉਂਦੇ ਸਾਰ ਹੀ ਰਾਤ ਦਾ ਸਮਾਂ ਹੁੰਦਾ ਤੇ ਗੇਟ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵਿੱਚ ਸਹਿਮ ਦਾ ਮਾਹੌਲ ਹੋ ਜਾਂਦਾ ਹੈ। ਡਰ ਦੇ ਮਾਰਿਆ ਕੋਈ ਵੀ ਬਾਹਰ ਨਹੀਂ ਨਿਕਲਦਾ ਤੇ ਕਰੀਬ ਕਿਹਾ ਜਾ ਰਿਹਾ ਕਿ 3 ਤੋਂ 4 ਮਿੰਟ ਅੰਨੇਵਾਹ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਕਰਕੇ ਕਾਰ ਸਵਾਰ ਬਦਮਾਸ਼ ਜੋ ਸੀ ਉਹ ਮੌਕੇ ਤੋਂ ਫਰਾਰ ਹੋ ਗਏ ਨੇ। ਹਾਲਾਂਕਿ ਹੁਣ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਦੌਰਾਨ ਜੋ ਗੇਟ ਦੇ ਉੱਤੇ ਗੋਲੀਆਂ ਲੱਗੀਆਂ ਨੇ ਉਸ ਦੀਆਂ ਵੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੋਲੀਆਂ ਦੇ ਨਿਸ਼ਾਨ ਨੇ ਤੇ ਗੇਟ ਜੋ ਹੈ ਉਹਨੂੰ ਪੂਰਾ ਛਾਨਣੀ ਬਣਾ ਦਿੱਤਾ ਹੈ। ਤਾਂ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ, ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਕੋਈ ਪੁਰਾਣੀ ਰੰਜਿਸ਼ ਨਹੀਂ ਹੈ ਅਤੇ ਨਾ ਹੀ ਕਿਸੇ ਦੇ ਨਾਲ ਦੁਸ਼ਮਣੀ ਚੱਲੀ ਆ ਰਹੀ ਹੈ। ਪਰ ਆਖਿਰ ਉਹਨਾਂ ਦੇ ਘਰ ਦੇ ਉੱਤੇ ਇਹ ਫਾਇਰਿੰਗ ਕਿਉਂ ਕੀਤੀ ਗਈ, ਇਸਦੇ ਬਾਰੇ ਪੁਲਿਸ ਨੂੰ ਜ਼ਰੂਰ ਪਤਾ ਲਗਾਉਣਾ ਚਾਹੀਦਾ। ਉੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਆਲੇ ਦੁਆਲੇ ਲੱਗੇ CCTV ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਕਿ ਕੌਣ ਸੀ ਆਖਿਰ ਇਹ ਕਾਰ ਸਵਾਰ, ਉਹਨਾਂ ਦੇ ਬਾਰੇ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਹੁਸ਼ਿਆਰਪੁਰ ਦੇ ਵਿੱਚ ਅੱਧੀ ਰਾਤ ਨੂੰ ਇਹ ਗੋਲੀਆਂ ਚੱਲੀਆਂ ਨੇ ਤੇ ਹੁਸ਼ਿਆਰਪੁਰ ਦਾ ਇੱਕ ਇਲਾਕਾ ਪੂਰਾ ਗੋਲੀਆਂ ਦੇ ਨਾਲ ਦਹਿਲਿਆ ਤੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੋਲੀਆਂ ਚੱਲੀਆਂ ਸੀ, ਰੋਟੀਆਂ ਪਕਾਉਂਦੀਆਂ ਸੀਗੀਆਂ, ਆ ਕੇ ਖਰੇ ਪਟਾਕੇ ਲੱਗੇ ਚਲੇ ਆ, ਸਾਨੂੰ ਪਤਾ ਨਹੀਂ ਲੱਗਾ। ਬਾਹਰ ਨਿਕਲ ਕਈ ਕਹਿਣ ਤੁਹਾਡੇ ਕੀ ਹੋਇਆ, ਤੁਹਾਡੇ ਗੋਲੀਆਂ ਚੱਲੀਆਂ। ਮੈਂ ਕਿਹਾ ਨਹੀਂ, ਸਾਡੇ ਨਹੀਂ ਚੱਲੀਆਂ, ਜਦ ਬਾਹਰ ਨਿਕਲੇ ਤਾਂ ਗੋਲੀਆਂ ਚੱਲੀਆਂ ਫਾਟਕ ਦੇ ਵਿੱਚ। ਗੇਟ ਦੇ ਵਿਚ ਓਹਨਾ ਨੇ ਕੀਤੀਆਂ, ਓਹਨਾ ਨੇ ਚੁਗੀਆਂ 16-17 ਚੁਗੀਆਂ। ਘਰ ਵਿੱਚ ਕੌਣ ਕੌਣ ਮੌਜੂਦ ਸੀ ਉਸ ਵੇਲੇ? ਮੇਰੀ ਪੋਤੀ ਮੈਂ ਸੀਗੀ ਤੇ ਨੂੰਹ ਮੇਰੀ ਸੀਗੀ। ਤੁਹਾਡਾ ਬੇਟਾ ਵੀ ਮੌਜੂਦ? ਬੇਟਾ ਮੇਰੇ ਲਾਗੇ ਗੁਆਂਢੀਆਂ ਦੇ ਸੀਗਾ, ਗਏ ਆ ਮੁੰਡਿਆਂ ਨੂੰ। ਉਸਨੇ ਮੈਨੂੰ ਦੱਸ ਕੇ ਗਿਆ ਵੀ ਮੰਮੀ ਮੈਂ ਉੱਥੇ ਜ਼ਰਾ ਕੁ ਜਾਣਾ, ਮੈਨੂੰ ਕਰਦੀ ਆਣ ਕੇ ਰੋਟੀ ਖਾ ਲਾ। ਕਹਿੰਦਾ ਉਹਨਾਂ ਸ਼ੂਗਰ ਘਰ ਖਾਣੀ ਸੀਗਾ, ਨਹੀਂ ਤਾਂ ਭਾਈ ਬੋਰੀ ਲੱਗ ਹੀ ਜਾਂਦੀ ਕਿਸੇ ਦੇ ਕਿਸੇ ਦੀ। ਤੁਹਾਡੇ ਬੇਟੇ ਦੀ ਕਿਸੇ ਨਾਲ ਰੰਜਿਸ਼ਬਾਜੀ ਹੋਵੇ? ਕੋਈ ਨਹੀਂ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ? ਕੋਈ ਵੀ ਨਹੀਂ, ਮੈਂ ਕਈ ਵਾਰ ਕਹਿੰਦਾ ਪਤਾ ਇੱਦਾਂ ਕਰਕੇ ਕਹਿੰਦਾ ਕੋਈ ਗੱਲਬਾਤ ਨਹੀਂ, ਸਾਰੀ ਸੱਚੀ ਗੱਲ ਆਣ ਕੇ ਮੈਨੂੰ ਦੱਸਣ। ਮੈਨੂੰ ਵੀ ਬਹੁਤਾ ਯਕੀਨ ਸੀਗਾ ਮੈਨੂੰ। ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਇਹੋ ਹੀ ਉਸਨੇ ਕੀਤਾ, ਮੇਰੀ ਨੂੰਹ ਨੇ ਵੀ ਇੱਦਾਂ ਕਰਕੇ ਗੋਲੀਆਂ ਚੱਲੀਆਂ ਅਤੇ ਸਾਡੇ ਅਤੇ ਕਿੱਦਾਂ ਹੋਈ, ਹੋਰ ਸਾਰਿਆਂ ਨੂੰ ਕੀਤਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਕਹਿੰਦੇ ਵੀ ਸਾਨੂੰ ਮਿਲਣਾ ਚਾਹੀਦਾ। ਹਾਂਜੀ, ਮੈਂ ਕੁਲਦੀਪ ਕੌਰ ਸਰਪੰਚ ਕੁਰਾਲਾ ਕਲਾਂ। ਸਾਡੇ ਪਿੰਡ 10 ਵਜੇ ਸਾਨੂੰ ਫੋਨ ਆਇਆ ਕਿ ਤੁਹਾਡੇ ਪਿੰਡ ਫਾਇਰਿੰਗ ਹੋਈ ਹੈ, ਤਾਂ ਅਸੀਂ ਮੈਂ ਔਰ ਮੇਰੇ ਹਸਬੈਂਡ ਦੋਨੋਂ ਗਏ ਹਾਂ ਅਤੇ ਜਾ ਕੇ ਅਸੀਂ ਦੇਖਿਆ ਕਿ ਗੇਟ 'ਤੇ 15-16 ਫਾਇਰ ਹੋਏ ਹੋਏ ਸੀਗੇ, ਅਤੇ ਪਰ ਉਹ ਬੰਦੇ ਅਣਪਛਾਤੇ ਸੀਗੇ, ਪਤਾ ਨਹੀਂ ਕੌਣ ਸੀਗੇ, ਅਤੇ ਉਹ ਇਮੀਡੀਏਟਲੀ ਮਤਲਬ ਉੱਥੋਂ ਫਰਾਰ ਹੋ ਗਏ। ਅਤੇ ਪਤਾ ਨਹੀਂ ਲੱਗਾ, ਸਾਬਤ ਨਹੀਂ ਹੋਇਆ ਕੁਛ ਵੀ ਹਜੇ ਤੱਕ ਵੀ ਕੌਣ ਸੀਗੇ ਉਹ। ਟਾਂਡਾ ਪੁਲਿਸ ਸੂਚਨਾ ਦਿੱਤੀ, ਉਹ ਐਟ ਅ ਟਾਈਮ ਪਹੁੰਚ ਗਏ, ਬਹੁਤ ਕੁਇਕ ਸਰਵਿਸ ਸੀਗੀ ਉਹਨਾਂ ਦੀ, ਅਤੇ ਹੁਣ ਤਫਤੀਸ਼ ਜਾ ਰਹੀ ਹੈ ਜਿਹੜੇ ਐਮਪਟੀ ਕਾਰਟਰਿਜ ਔਰ ਇੱਕ ਲਾਈਵ ਜਿਹੜਾ ਸਾਨੂੰ ਮਿਲਿਆ ਉਸ ਮੌਕੇ ਤੋਂ।
ਇਹਦੇ ਵਿੱਚ ਅਸੀਂ ਸਾਰਾ ਮੌਕਾ ਦੇਖਿਆ ਜੀ, ਡੀਐਸਪੀ ਸਾਹਿਬ ਵੀ ਜਾ ਕੇ ਮੌਕਾ ਦੇਖ ਕੇ ਆਏ ਨੇ, ਅਤੇ ਇਹਦੇ ਵਿੱਚ ਲੱਗੀਆਂ ਟੀਮਾਂ ਲੱਗੀਆਂ ਸੀ, ਇਹਦੀ ਟੀਮ ਵੀ ਆਈ ਹੋਈ ਹੈ ਜੀ, ਅਸੀਂ ਵੀ ਲੱਗੇ ਹੋਏ ਹਾਂ, ਮਤਲਬ ਕਾਫੀ ਮਤਲਬ ਇਹਦੇ ਵਿੱਚ ਹੈਗਾ ਜੀ, ਸਾਨੂੰ ਦੋ ਕੁ ਐਂਗਲ ਹੈਗੇ ਨੇ ਉੱਥੇ, ਜੇ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਆ, ਅਤੇ ਬਾਕੀ ਟੀਮਾਂ ਲੱਗੀਆਂ ਹੋਈਆਂ ਜੀ। ਲੱਗਦਾ ਕਿਸੇ ਲੁੱਟ ਦੇ ਮਾਮਲੇ ਦੇ ਕਾਰਨ ਜਾਂਚ ਮਾਮਲਾ ਨਹੀਂ, ਲੁੱਟ ਦਾ ਮਾਮਲਾ ਨਹੀਂ ਹੈਗਾ ਜੀ, ਇਹਦੇ ਵਿੱਚ ਕੋਈ ਗੱਲ ਤਾਂ ਹੋਰ ਨਿਕਲੇਗੀ, ਪਰ ਅਜੇ ਅਸੀਂ ਇਹਨੂੰ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਅਜੇ ਕੋਈ ਕਲੀਅਰ ਹੁੰਦੀ ਹੈ ਗੱਲ ਫਿਰ ਹੀ ਦੱਸ ਸਕਦੇ ਹਾਂ, ਲੇਕਿਨ ਸਾਡੀਆਂ ਟੀਮਾਂ ਦੇ ਕੋਲ ਕੁਛ ਹੈਗੇ ਨੇ ਜਿਹੜੇ ਮਤਲਬ ਸਾਡੇ ਕੋਲ ਪ੍ਰੋਗਰੈਸ ਹੈਗੀ ਆ। ਅਜੇ ਆਪਾਂ ਇਹਦੇ 'ਤੇ ਅਜੇ ਟੂ ਅਰਲੀ ਹੈ, ਅਜੇ ਕਹਿ ਨਹੀਂ ਸਕਦੇ, ਲੇਕਿਨ ਮਤਲਬ ਸਾਨੂੰ ਉਮੀਦ ਹੈ ਵੀ ਅਸੀਂ ਇਹਨੂੰ ਅੱਜ ਸ਼ਾਮ ਤੱਕ ਇਹਨੂੰ ਕਰ ਦਿਆਂਗੇ, ਹੱਲ ਕਰ ਦਿਆਂਗੇ ਜੀ ਮੈਡਮ।